ਕਈਆਂ ਨੂੰ ਆਦਤ ਹੁੰਦੀ ਆ ਚੀਜ਼ਾਂ ਲੈਣ ਦੀ ਤੇ ਕਈਆਂ ਨੂੰ ਆਦਤ ਹੁੰਦੀ ਆ ਚੀਜ਼ਾਂ ਦੇਣ ਦੀ। ਚਾਹੇ ਉਹ ਚਾਚੇ ਦੀ ਕੁੜੀ ਆ ਪਰ ਆਪਾਂ ਰਹਿੰਦੇ ਤਾਂ ਸਾਰੇ ਇਕੱਠੇ ਆ ਨਾ। ਅਗਲੀ ਆਪਣੇ ਮਾਂ ਪਿਓ ਦੀ ਜਾਇਦਾਦ 'ਚ ਬੈਠੀ ਆ, ਜੇ ਬਾਹਰੀ ਤਿਲਫੜ ਕਰੇਗੀ ਨਾ ਅਗਲੇ ਆਪਾਂ ਨੂੰ ਅੱਡ ਕਰ ਦੇਣਗੇ। ਮੈਨੂੰ ਵੀਰੇ ਨੇ ਕਿਹਾ ਸੀ ਵੀ ਤੂੰ ਵੀ ਜ਼ਰੂਰ ਜਾਣਾ ਨਾਲ। ਤੈਨੂੰ ਪਤਾ ਭਾਬੀ ਨੇ ਵੀ ਮੇਰੇ ਨਾਲ ਦਾ ਸੂਟ ਪਾਇਆ। ਭਾਬੀ ਆਹ ਕਿਹੜਾ ਸੂਟ ਪਾ ਕੇ ਆਏ ਹੋ? ਜੇ ਤੁਹਾਨੂੰ ਯਾਦ ਹੋਵੇ ਤਾਂ ਇਹ ਉਹ ਸੂਟ ਨਹੀਂ ਜੋ ਮੈਂ ਸਿਲੈਕਟ ਕੀਤਾ ਸੀ। ਹਾਂ ਕਿਰਨ, ਇਹ ਉਹ ਸੂਟ ਨਹੀਂ ਹੈਗਾ, ਮੈਨੂੰ ਹੋਰ ਸੂਟ ਪਾਉਣਾ ਪਿਆ। ਉਹ ਸੂਟ ਕੀ? ਉਹ ਸੂਟ ਭਾਬੀ, ਉਹ ਸੂਟ ਤਾਂ ਤੁਸੀਂ ਪਾਇਆ ਹੀ ਨਹੀਂ। ਅਸਲ ਵਿੱਚ ਉਹ ਸੂਟ ਤੁਹਾਡੇ ਲਈ ਮੈਂ ਪਸੰਦ ਕੀਤਾ ਸੀ। ਨਹੀਂ ਨਹੀਂ ਕਿਰਨ, ਉਹ ਗੱਲ ਨਹੀਂ ਹੈਗੀ। ਤਾਂ ਹੋਰ ਕਿਹੜੀ ਗੱਲ ਆ ਭਾਬੀ? ਸਾਰਾ ਪਤਾ ਮੈਨੂੰ, ਤੁਸੀਂ ਮਨਪ੍ਰੀਤ ਨਾਲ ਮੈਚਿੰਗ ਕਰਨੀ ਸੀ। ਤੁਹਾਨੂੰ ਮੇਰੀ ਪਸੰਦ ਤੋਂ ਕੋਈ ਐਲਰਜੀ ਆ? ਕਿਰਨ ਬੋਲਦੀ ਕਿਵੇਂ ਪਈ ਆ ਤੂੰ? ਹੈ ਤੈਨੂੰ ਬੋਲਣ ਦਾ ਨਹੀਂ ਪਤਾ? ਉਹ ਭਾਬੀ ਆ ਤੇਰੀ, ਸਹੇਲੀ ਨਹੀਂ ਹੈਗੀ ਵੀ ਜਿਹੜਾ ਕੁਛ ਮਰਜ਼ੀ ਬੋਲੀ ਜਾਏਗੀ। ਹਾਂ ਹਾਂ, ਮੇਰੀ ਕਾਹਨੂੰ ਸਹੇਲੀ ਬਣਨਾ, ਸਹੇਲੀ ਤਾਂ ਇਹ ਮਨਪ੍ਰੀਤ ਦੀ ਆ। ਤੂੰ ਆਪੇ ਦੇਖ ਲਾ ਵੀਰੇ, ਮੈਂ ਆਪਦੇ ਨਾਲ ਦਾ ਸੂਟ ਕੱਢ ਕੇ ਦਿੱਤਾ ਸੀ ਭਾਬੀ ਨੂੰ, ਆ ਮਨਪ੍ਰੀਤ ਨਾਲ ਦਾ ਪਾ ਲਿਆ, ਜਿਹੜਾ ਮੈਂ ਕੱਢਿਆ ਸੀ ਉਹ ਪਾਇਆ ਹੀ ਨਹੀਂ। ਮੈਚਿੰਗ ਪਿੱਛੇ ਰੌਲਾ ਪਾਇਆ ਤੈਨੂੰ? ਉਹ ਮੈਚਿੰਗ ਤਾਂ ਇਹਦੀ ਮੇਰੇ ਨਾਲ ਵੀ ਨਹੀਂ ਹੈਗੀ, ਇਹਨੇ ਲਾਲ ਪਾਇਆ ਹੋਇਆ, ਮੈਂ ਨੀਲਾ ਪਾਇਆ ਹੋਇਆ। ਦੱਸ, ਮੈਂ ਵੀ ਰੁੱਸ ਜਾਂਦਾ। ਉਹ ਦੇਵ, ਮੈਚਿੰਗ ਦੀ ਗੱਲ ਆ ਨਾ, ਉਹ ਮਨਪ੍ਰੀਤ ਨਾਲ ਹੋ ਗਈ ਸੀ, ਫਿਰ ਕੀ ਹੋ ਗਿਆ? ਉਹ ਮੈਚਿੰਗ ਦਾ ਕੀ ਰੋਲਾ ਪਾਇਆ ਤੁਸੀਂ? ਉਹ ਤੁਹਾਨੂੰ ਸੂਟ ਮੈਂ ਲਿਆ ਦਿਆਂਗੀ, ਫਿਰ ਕਰ ਲਈਓ ਤਿੰਨੋ ਜਣੀਆਂ ਮੈਚਿੰਗ। ਉਹ ਚਾਚੀ ਤੁਹਾਨੂੰ ਕੀ ਭੁਲੇਖਾ ਪਿਆ? ਤਿੰਨ ਸੂਟ ਤਾਂ ਮੈਂ ਇੱਕੋ ਜਿਹੇ ਬਿਲਕੁਲ ਵੀ ਨਹੀਂ ਲੈਣੇ। ਤੇਰਾ ਨਹੀਂ ਕਦੇ ਹੱਲ ਹੋ ਸਕਦਾ ਮਾਂ ਦੀ ਧੀ ਦਾ, ਕੋਈ ਨਾ ਕੋਈ ਛੇੜਾ ਛੇੜਨਾ ਹੀ ਹੁੰਦਾ ਇਹਨੇ। ਉਹ ਚੰਗੇ ਕੰਮ ਚੱਲਿਆ ਜਾ ਲੈਣ ਦੇ, ਮੈਚਿੰਗ ਦਾ ਰੌਲਾ ਪਾ ਲਿਆ, ਗੱਲਾਂ 'ਚੋਂ ਗੱਲ ਹੈ ਕੋਈ ਇਹ? ਚਲੋ ਯਾਰ ਆਪਾਂ ਲੇਟ ਹੁੰਦੇ ਹਾਂ, ਚਲੋ ਚਾਚਾ ਜੀ ਚੱਲੀਏ। ਚੱਲ ਠੀਕ ਆ ਫਿਰ, ਤੁਸੀਂ ਜਾਓ ਸਾਰੇ ਜਾਣੇ, ਮੈਂ ਨਹੀਂ ਜਾਣਾ। ਉਹ ਦੇਵ, ਉਹ ਤੂੰ ਹੀ ਵੱਧ ਘੱਟ ਬੋਲ ਗਿਆ ਉਹਨੂੰ, ਤੂੰ ਤਾਂ ਸਿਆਣਾ ਯਾਰ, ਉਹ ਨਿਆਣੀ ਆ, ਉਹ ਦੇਖਿਆ ਗੁੱਸਾ ਕਰ ਗਈ ਹੁਣ। ਗੁੱਸਾ ਕਰਨਾ ਹੀ ਹੈ ਉਹਨੇ, ਕਿਵੇਂ ਉਹਨੂੰ ਭੱਜ ਕੇ ਪਿਆ, ਉਹ ਨਿੱਕੀ ਨਿੱਕੀ ਗੱਲ ਦਿਲ 'ਤੇ ਲਾ ਲੈਂਦੀ ਆ। ਚਲੋ ਕੋਈ ਨਾ ਭੈਣ ਜੀ, ਤੁਸੀਂ ਲੈ ਆਓ ਕਿਰਨ ਨੂੰ, ਅਸੀਂ ਜਦ ਤਾਈਂ ਕਮਰੇ 'ਚ ਬਹਿੰਦੇ ਹਾਂ। ਕਮਰੇ 'ਚ ਕਾਹਨੂੰ, ਤੁਸੀਂ ਜਾ ਕੇ ਗੱਡੀ 'ਚ ਬੈਠੋ, ਮੈਂ ਲੈ ਕੇ ਆਉਂਦੀ ਹਾਂ ਉਹਨੂੰ। ਜਲੂਸ ਕੱਢਿਆ ਤਾ ਮੌਕੇ ਜਾ ਕੇ ਆਏ ਨੇ, ਸਾਰੇ ਭਾਂਡੇ ਖਿਲਾਰਨੇ ਹੁੰਦੇ ਨੇ। ਮੈਂ ਕਿਹੜੇ ਭਾਂਡੇ ਖਿਲਾਰਤੇ? ਤੁਹਾਨੂੰ ਤਾਂ ਮੇਰੇ ਕਸੂਰ ਲੱਗਦਾ, ਮੇਰੇ ਤੇ ਗੁੱਸਾ ਕਰੀ ਜਾਂਦੇ ਹੋ, ਇਹ 'ਚ ਮੇਰੀ ਕੀ ਗਲਤੀ ਆ? ਉਹ ਸਾਰਿਆਂ ਦੇ ਸਾਹਮਣੇ ਤੂੰ ਲੜ ਕੇ ਆਈ ਆ ਤੇ ਹਰੇ ਪੁੱਛਦੀ ਆ ਗਲਤੀ ਕੀ ਆ ਮੇਰੀ? ਐਵੇਂ ਤਾਂ ਮੈਂ ਲੜ ਕੇ ਵੀ ਨਹੀਂ ਆਈ, ਉਹ ਮੈਨੂੰ ਤਾਂ ਇਸ ਘਰ 'ਚ ਕੋਈ ਪੁੱਛਦਾ ਵੀ ਨਹੀਂ। ਮੇਰੀ ਸਕੀ ਭਾਬੀ ਉਹ ਮਨਪ੍ਰੀਤ ਦੇ ਨਾਲ ਦਾ ਸੂਟ ਪਾ ਕੇ ਆ ਗਈ, ਮੇਰੇ ਸੂਟ ਨੂੰ ਨਕਾਰਤਾ। ਕੀ ਸੂਟ ਸੂਟ ਲਈ ਆ? ਨਹੀਂ ਇੱਕੋ ਜਿਹਾ ਸੂਟ ਤਾਂ ਬਾਜੇ ਵਾਲੇ ਦੇ ਪਾਏ ਹੁੰਦੇ ਨੇ, ਉਹਨਾਂ ਦੋਨਾਂ ਨੂੰ ਇੱਕੋ ਜਿਹਾ ਸੂਟ ਪਾ ਕੇ ਕੀ ਮੈਡਲ ਮਿਲ ਗਿਆ? ਉਹ ਮੰਮੀ, ਕਮ ਸੇ ਕਮ ਐਗਜ਼ੈਂਪਲ ਤਾਂ ਚੱਜ ਦੀ ਦੇ ਲਿਆ ਕਰੋ, ਤੁਹਾਨੂੰ ਕੀ ਪਤਾ ਇੱਕੋ ਜਿਹਾ ਸੂਟ ਪਾਉਣ ਦਾ ਕਿੰਨਾ ਰਿਵਾਜ ਆ। ਹੋਊਗਾ ਨਹੀਂ ਫੇਰ ਕਦੇ ਪਾ ਲਈ, ਜਾਣ ਵੇਲੇ ਕਲੇਸ਼ ਕਿਉਂ ਕਰਦੀ ਹੁੰਦੀ ਆ ਤੂੰ? ਅੱਛਾ ਮੈਂ ਕਲੇਸ਼ ਕਰਦੀ ਆ ਨਾ, ਤੁਹਾਡਾ ਪ੍ਰੋਗਰਾਮ, ਤੁਹਾਨੂੰ ਮੁਬਾਰਕ, ਜਾਓ ਮਨਪ੍ਰੀਤ ਨੂੰ, ਜਿਹਦੇ ਕਰਕੇ ਮੇਰੀ ਭਾਬੀ ਮੈਨੂੰ ਨਹੀਂ ਪੁੱਛਦੀ ਪਈ। ਨੀ ਪਹਿਲਾਂ ਤਾਂ ਆਪਣਾ ਸਪੀਕਰ ਹੌਲੀ ਕਰ, ਕਿਉਂ ਕੰਨਾਂ ਤੱਕ ਮੂੰਹ ਪੱਟਿਆ ਹੋਇਆ? ਬੰਦੇ ਨੂੰ ਕਿਸੇ ਦੀ ਮੰਨ ਵੀ ਲੈਣੀ ਚਾਹੀਦੀ ਆ। ਮੰਮੀ ਤੁਹਾਨੂੰ ਡਰ ਮਾਰਿਆ ਹੋਣਾ ਚਾਚਾ ਚਾਚੀ ਦਾ, ਮੈਨੂੰ ਨਹੀਂ, ਨਾ ਮੈਂ ਕਿਸੇ ਦੀ ਮੰਨਣੀ ਆ ਨਾ ਮੈਂ ਕਿਸੇ ਦੀ ਸੁਣਨੀ ਆ। ਨੀ ਤੈਨੂੰ ਕਿਵੇਂ ਸਮਝਾਵਾਂ, ਮੇਰੀ ਔਲਾਦ ਮੈਨੂੰ ਕਿਵੇਂ ਦੁਖੀ ਕਰੀ ਜਾਂਦੀ ਆ? ਮੰਮੀ ਸਿੱਧਾ ਹੀ ਮੇਰਾ ਨਾਂ ਲੈ ਕੇ ਕਹਿ ਦਿਓ ਕਿ ਮੈਂ ਦੁਖੀ ਕਰਦੀ ਆ, ਤਾਂ ਤੁਸੀਂ ਦੁਖੀ ਨਹੀਂ ਹੁੰਦੇ, ਤੁਸੀਂ ਡਰਦੇ ਪਏ ਹੋ। ਪਹਿਲਾਂ ਮੈਨੂੰ ਇੱਕ ਗੱਲ ਦੱਸੋ, ਤੁਹਾਨੂੰ ਡਰ ਕਿਹੜੀ ਗੱਲ ਦਾ? ਨਹੀਂ ਡਰ ਇਸ ਗੱਲ ਦਾ, ਮੇਰੇ ਸਿਰ ਤੇ ਬੰਦਾ ਨਹੀਂ ਹੈਗਾ, ਮੈਂ ਤਾਂ ਦਿਨ ਕੱਟਦੀ ਆ, ਹਜੇ ਤੈਨੂੰ ਵੀ ਵਿਆਹਣਾ। ਮੰਮੀ ਐ ਇਮੋਸ਼ਨਲ ਜਿਹਾ ਨਾ ਕਰ। ਅੱਛਾ ਤੁਸੀਂ ਜਾਓ, ਮੇਰਾ ਸਰ ਜੂਗਾ ਆਪੇ ਇੱਥੇ। ਚੁੱਪ ਕਰਕੇ ਨਾ ਸਿੱਧੀ ਹੋ ਕੇ ਖੜੀ ਹੋ ਜਾ, ਉਹ ਪਾਗਲ ਨੇ ਜਿਹੜੇ ਤੈਨੂੰ ਗਲੀ 'ਚ ਉਡੀਕਦੇ ਨੇ। ਉਡੀਕੀ ਜਾਣ, ਮੈਂ ਨਹੀਂ ਜਾਣਾ। ਨਹੀਂ ਜਾਣਾ ਤਾਂ ਤੂੰ ਕਿਵੇਂ ਨਹੀਂ, ਉਹ ਤੇਰੀ ਭਾਬੀ ਕੀ ਕਹੂਗੀ ਵੀ ਮੇਰੀ ਮਾਸੀ ਨੇ ਰੋਟੀ ਕੀਤੀ ਸੀ, ਆਹ ਜਲੂਸ ਕੱਢਿਆ ਇਹਨਾਂ ਨੇ। ਭਾਬੀ ਨੂੰ ਵੀ ਸਾਰਾ ਕੁਛ ਪਤਾ ਹੀ ਆ, ਪਹਿਲਾਂ ਤਾਂ ਮਨਪ੍ਰੀਤ ਨਾਲ ਦਾ ਸੂਟ ਪਾ ਕੇ ਆ ਗਈ, ਨਾ ਹੁਣ ਮਨਪ੍ਰੀਤ ਨੂੰ ਹੀ ਲੈ ਜਾਵੇ। ਉਹ ਮਨਪ੍ਰੀਤ ਤਾਂ ਜਾਂਦੀ ਆ, ਤੂੰ ਉਹਦੀ ਪਰਵਾਹ ਨਾ ਕਰ, ਤੂੰ ਉੱਠ ਪੁੱਤ, ਜਿੱਦ ਨਾ ਕਰ, ਚੱਲ ਮੇਰੇ ਨਾਲ, ਮੈਂ ਤਾਂ ਹੋਰ ਹਾਲ ਨਾ ਕਰਵਾ।
मम्मी मेथों चाहे 100 बार कहा लो चाहे 1000 बार कहा लो, मैं नहीं जाना तो नहीं जाना, मेरा मूड ऑफ है इस टाइम। रह कर, कर मैं भी नहीं लेके जाऊंगी, कई बार अपने लक्षण मारे होते हैं, रह कर। ना पापी तुसी कल्ले ही आ गए, किरण आई नहीं, जाना नहीं उन्हें? ओदा तो सिर दुखदा, उन्हें दवाई दे के आई हाँ, उन्हें नहीं जाना। ना जे ओदा सिर दुखदा वो आपां कल्ली नूं किवें छड्ड दईए, नाल ही लै चलदे आपां, रास्ते जिहनूं दवाई दवा देंगे कितों। रहण दे बुटर, तैनूं उहदे सुभाअ दा पता तां हैगा, जे उहने मना करता ना हुण उहने जाना ही नहीं हैगा। पर भाभी मैं ओ रहण दे, अगला आपां नूं उडीकदा होणा, अगे आपां लेट हो गए, सारे गड्डी 'च बैठे ने, चल चलीए। चलो फिर। मैं हैरान हाँ यार, इन्ना टाइम लाता, हजे किन्ना राह पिया वा, इत्थे इन्होंने 12 बजाते। सॉरी मिंदो, मेरे करके तुसी भी लेट हो गए। देव गल सॉरी दी नहीं हैगी, आपा रिश्तेदारा दे जाना, चल कोई गल नहीं, अद्धा घंटा लेट हो जाएंगे, वो भी समझ जाएंगे। पर जेड़ा कुछ किरण ने गलत फहमी दे विच आके बोलिया, मैनूं वह चंगा नहीं लग्या। असल च ना गलती मेरी आ, ਇਹ ਏਡਾ ਵੱਡਾ ਬਖੇੜਾ ਖੜਾ ਹੀ ਨਹੀਂ ਸੀ ਹੋਣਾ, ਤੂੰ ਕਾਲਾ ਸੂਟ ਪਾਇਆ ਹੋਇਆ ਸੀਗਾ, ਜੇ ਪਾਈ ਰੱਖਦੀ ਜ਼ਿਆਦਾ ਵਧੀਆ ਸੀ। ਮੇਤੋਂ ਪਾਣੀ ਡੁੱਲਿਆ ਨਾ, ਉਹਦੇ ਕਰਕੇ ਆ ਸਾਰਾ ਕੁਛ ਹੋਇਆ। ਤੁਸੀਂ ਫਿਰ ਆਪਣੇ ਆਪ ਨੂੰ ਕੋਸੀ ਜਾਂਦੇ ਹੋ, ਉਹ ਤੁਹਾਡਾ ਕੋਈ ਕਸੂਰ ਨਹੀਂ, ਗੱਲ ਇਹ ਆ ਵੀ ਇੰਨੀ ਵੱਡੀ ਗੱਲ ਹੈ ਨਹੀਂ ਸੀ ਜਿੰਨੀ ਕਿਰਨ ਨੇ ਬਣਾ ਤੀ। ਮਿੰਦੋ ਯਾਰ, ਕਿਰਨ ਦਾ ਨਾ ਸ਼ੁਰੂ ਤੋਂ ਹੀ ਦਿਮਾਗ ਥੋੜ੍ਹਾ ਜਿਹਾ ਇੱਦਾਂ ਦਾ, ਉਹ ਛੋਟੀ ਜਿਹੀ ਗੱਲ ਨੂੰ ਬਹੁਤ ਵੱਡਾ ਬਣਾ ਦਿੰਦੀ ਆ। ਰਾਈ ਦਾ ਪਹਾੜ ਨਹੀਂ ਬਣਦਾ ਹੁੰਦਾ, ਉਵੇਂ ਕਰਦੀ ਆ, ਨਿਕਲਦਾ ਵਿੱਚੋਂ ਕੁਛ ਵੀ ਨਹੀਂ ਹੈਗਾ। ਲੈ ਦੇ ਕੇ ਇਹ ਆ ਵੀ ਥੋੜ੍ਹੀ ਜਿਹੀ ਜਿੱਦੀ ਆ, ਦਿਲ ਪੂਰਾ ਸਾਫ਼ ਆ, ਪਰ ਉਹਦੀਆਂ ਜਿੱਦਾਂ ਕਿੰਨੀ ਕੁ ਦੇਰ ਬੰਦਾ ਪਗਾਈ ਜਾਊਗਾ। ਨਿੱਕੀ ਨਿੱਕੀ ਗੱਲ ਦੇ ਉੱਤੇ ਉਹ ਜੈਲਸ ਹੋ ਜਾਂਦੀ ਆ, ਬੰਦਾ ਸਮਝ ਨਹੀਂ ਆਉਂਦਾ ਵੀ ਇਹਦਾ ਅੱਗੇ ਜਾ ਕੇ ਕੀ ਬਣੂਗਾ। ਹੁਣ ਤਾਂ ਇੱਥੇ ਸਰੀ ਜਾਂਦਾ, ਸਹੁਰਿਆਂ ਦੇ ਜਾਣਾ ਉੱਥੇ। ਚੱਲ ਕੋਈ ਨਾ ਦੇਵ, ਤੁਸੀਂ ਟੈਨਸ਼ਨ ਨਾ ਲਵੋ, ਜਿੱਦੀ ਥੋੜ੍ਹੀ ਨਹੀਂ ਕਿਰਨ ਬਹੁਤ ਜ਼ਿਆਦਾ, ਉਹਨੂੰ ਸਮਝਾਉਣਾ ਵੀ ਆਪਾਂ ਨੂੰ ਹੀ ਪੈਣਾ। ਸਮਝਾਈ ਤਾਂ ਜਾਂਦੇ ਹਾਂ, ਹੋਰ ਕਿਵੇਂ ਸਮਝਾਈਏ, ਹੱਥ ਚੱਕਦਾ ਹੁਣ ਮੈਂ ਉਹਦੇ 'ਤੇ ਚੰਗਾ ਨਹੀਂ ਲੱਗਦਾ। ਲੈ ਦੇ ਕੇ ਗੱਲ ਇਹ ਆ ਕਿ ਮੰਮੀ ਨੇ ਵਿਗਾੜ ਕੇ ਰੱਖਿਆ ਹੋਇਆ ਉਹਨੂੰ, ਮੰਮੀ ਉਹਨੂੰ ਕੁਛ ਨਹੀਂ ਕਹਿੰਦੇ, ਉਹਦੀ ਗਲਤੀ ਦੇ ਸਮਾਂ ਕਿ ਉਹਨੂੰ ਪੁਸ਼ ਕਰਦੇ ਆ, ਉਹਨੂੰ ਹਵਾ ਦਿੰਦੇ ਆ, ਦੋ ਮਾਰੀਆਂ ਹੁੰਦੀਆਂ ਨਾ, ਹੁਣ ਸਾਰੀਆਂ ਕਣ ਟਕਾਣੇ ਹੁੰਦੇ। ਨਹੀਂ ਦੇਵ, ਤੁਸੀਂ ਗਲਤ ਕਹਿ ਰਹੇ ਹੋ, ਮਾਰਨਾ ਹੱਥ ਚੱਕਣਾ ਇਹ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ, ਇੱਦਾਂ ਦਾ ਬੱਚਾ ਹੋਰ ਢੀਠ ਬਣ ਜਾਂਦਾ। ਇਹ ਤਾਂ ਸ਼ੁਰੂ ਤੋਂ ਹੀ ਚਾਹੀਦਾ ਕਿ ਉਹਨੂੰ ਪਿਆਰ ਨਾਲ ਆਪਣੇ ਹਿਸਾਬ ਨਾਲ ਮੋੜਿਆ ਜਾਵੇ। ਤੁਹਾਡੀ ਗੱਲ ਸਹੀ ਆ ਵੀ ਜ਼ਿਆਦਾ ਮਾਰਨ ਦੇ ਨਾਲ ਬੱਚਾ ਢੀਠ ਹੋ ਜਾਂਦਾ, ਅੱਖ ਦੀ ਘੂਰ ਰੱਖਣੀ ਚਾਹੀਦੀ ਆ, ਪਰ ਜ਼ਿਆਦਾ ਪਿਆਰ ਦੇ ਨਾਲ ਵੀ ਬੱਚਾ ਢੀਠ ਹੋ ਜਾਂਦਾ, ਇਹ ਉਹੀ ਢੀਠ ਹੋਈ ਪਈ ਆ। ਛੱਡੋ, ਮੈਨੂੰ ਤਾਂ ਇਸ ਗੱਲ ਦੀ ਸ਼ਰਮ ਆਈ ਜਾਂਦੀ ਆ ਕਿ ਆਪਣਾ ਹਜੇ ਨਵਾਂ ਨਵਾਂ ਵਿਆਹ ਹੋਇਆ, ਮੈਂ ਨਾ ਤੁਹਾਨੂੰ ਕਿਤੇ ਘੁਮਾਉਣ ਲੈ ਕੇ ਜਾ ਸਕਿਆ, ਅਤੇ ਜਿੱਥੇ ਆਪਾਂ ਚੱਲੇ ਹਾਂ ਉੱਥੇ ਜਾਣ ਤੋਂ ਪਹਿਲਾਂ ਕਲੇਸ਼ ਮੱਥੇ ਲੱਗ ਗਿਆ, ਬੜੀ ਸ਼ਰਮ ਆਉਂਦੀ ਪਈ ਆ। ਚੱਲ ਛੱਡੋ ਦੇਵ, ਸਾਰੇ ਜਾਣੇ ਆ ਗਏ, ਹੁਣ ਗੱਲ ਨੂੰ ਛੱਡ ਦਿਓ। ਕਿਸੇ ਨੇ ਨਹੀਂ ਪੁੱਛਿਆ ਮੈਨੂੰ, ਆ ਮੇਰੀ ਮਾਂ ਹੀ ਸੀ ਜੋ ਮੇਰੀ ਮਿੰਨਤਾਂ ਕਰਨ ਆਈ ਸੀ। ਆ ਭਾਬੀ ਦਾ ਤਾਂ ਮੈਨੂੰ ਸ਼ੁਰੂ ਤੋਂ ਹੀ ਪਤਾ ਵਾ, ਮੇਰੇ ਨਾਲ ਖੁਸ਼ ਨਹੀਂ ਹੁੰਦੀ, ਇਹਦੀ ਮਨਪ੍ਰੀਤ ਨਾਲ ਹੀ ਬਣਦੀ ਆ। ਆ ਮਨਪ੍ਰੀਤ ਨੇ ਤਾਂ ਕਿਸੇ ਦਿਨ ਮੈਂ ਤਾਂ ਵਾਲ ਪਟਵਾ ਲੈਣੇ ਆ, ਮੈਂ ਨਹੀਂ ਜਾਣਾ ਸੀਗਾ। ਇਹਦਾ ਮਤਲਬ ਭਾਬੀ ਅੰਦਰੋਂ ਕੁੰਡੀ ਲਾ ਕੇ ਗਈ ਆ। ਚੱਲ ਕੋਈ ਨਾ ਭਾਬੀ, ਸਾਡੇ ਘਰ ਬਹੁਤ ਰਸਤੇ ਨੇ।
तू देख दी जा। भाभी तेनू नहीं पता साढ़े घर विच तां कमरियां चों कमरे निकलदे ने, हले तू साढ़े घर दा भेत पाया नहीं। पता नहीं की दंदियां बढ़दा सी भाभी दे आ सूट। कोई ना भाभी परवाह ना कर, जे तेरे ते मनप्रीत दे प्यार विच फिक ना पवाई तां मेरा नाम भी किरण नहीं। ले कमरे नू कुंडी लाती ते अलमारी खुली छड़ गई। ओ भाभी तेनू पता नहीं साडे घर लकड़ दियां अलमारियां नहीं स्टील दियां अलमारियां चलदियां ने। ले भाई मिल गया भाभी का सैट, वह भी मोतियां वाला। लै बई मनप्रीत हुण आही हार तेरे ते भाभी दे प्यार च फिक पाऊगा ते थोड़ी स्टोरी खत्म। यही सैट ने मेरा वो काम करना जिहड़ा मैं आप नहीं कर सकी। यही सैट थोड़े नंद भरजाई दे प्यार च बेड़ी बन जाना वा ते फिर देखियो किरण नू आऊगा स्वाद। मैं कदों डरी जानी हाँ, घरे तो कोई है ही नहीं। भाभी कदे ना कदे तू आ सैट पाउण बारे सोचेंगी ते जदों ना लभिया फिर देखी कित्थों लभदा है मनप्रीत दे सैटां चों। ਕਿੱਥੇ ਰੱਖਾਂ ਇੱਥੇ ਰੱਖਦੀ ਹਾਂ। ਹੁਣ ਬਣ ਗਈ ਮਨਪ੍ਰੀਤ ਚੋਰਨੀ। ਹਾਏ ਮਨਪ੍ਰੀਤ ਦੇ ਨਾਮ ਪਿੱਛੇ ਚੋਰਨੀ ਸ਼ਬਦ ਕਿੰਨਾ ਵਧੀਆ ਲੱਗਦਾ। ਚੱਲ ਛੱਡ ਇੱਕ ਕੰਮ ਹੋਰ ਕਰਨਾ, ਇਹ ਕੰਮ ਵੀ ਬਹੁਤ ਜ਼ਰੂਰੀ ਆ। ਇੱਥੇ ਤਾਂ ਮਿਲਿਆ ਨਹੀਂ, ਇੱਥੇ ਦੇਖਦੀ ਹਾਂ। ਲੈ ਤਾਂ ਮੂਰੀ ਰੱਖਿਆ ਪਿਆ। ਮੈਂ ਭਾਬੀ ਦੀ ਸਕੀ ਨਣਦਾ, ਮੈਨੂੰ ਤਾਂ ਸੂਟ ਭਾਬੀ ਨੇ ਆਪਦੇ ਸੂਟਾਂ 'ਚੋਂ ਦਿੱਤਾ ਨਹੀਂ ਅਤੇ ਮਨ 'ਤੇ ਤੈਨੂੰ ਕਿਵੇਂ ਲੈਣ ਦੇ ਦਾਂ। ਇਹ ਸੂਟ 'ਤੇ ਮੇਰਾ ਹੱਕ ਆ। ਲੈ ਬਈ ਸੂਟ ਤਾਂ ਮੈਂ ਇਹੋ ਜਿਹੀ ਥਾਂ 'ਤੇ ਰੱਖਤਾ ਜਿੱਥੇ ਰੱਖ ਕੇ ਮੈਂ ਆਪ ਭੁੱਲ ਜਾਂਦੀ ਹਾਂ ਅਤੇ ਹੋਰ ਕਿਸੇ ਨੂੰ ਲੱਭਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਕਿਸੇ ਦਾ ਕੁਛ ਗੁਆਚ ਗਿਆ, ਕਿਸੇ ਨੂੰ ਕੁਛ ਲੱਭ ਗਿਆ, ਚੰਗੀ ਗੇਮ ਪਾਤੀ ਕਿਰਨ ਤੂੰ ਤਾਂ।